ਅਸੀਂ ਇਸ ਸਮੇਂ ਪਹੁੰਚੇ ਹਾਂ ਜੀ ਐਸ ਡੀ ਯੂਨੀਸੈਕਸ ਸਲੋਨ ਐਂਡ ਅਕੈਡਮੀ ਵਿਖੇ, ਜਿੱਥੇ ਕੋਰਸ ਜਿਹੜਾ ਉਹ ਸਿਰਫ 5000 ਰੁਪਏ ਵਿੱਚ ਸ਼ੁਰੂ ਹੋ ਜਾਂਦਾ ਅਤੇ ਨਾਲ ਦੀ ਨਾਲ ਇਹ ਯੂਨੀਸੈਕਸ ਸੈਲੋਨ ਵੀ ਆ। ਭਰਾਵਾਂ ਦੇ ਵੀ ਕਈ ਵੇਲੇ ਮੈਸੇਜ ਆ ਜਾਂਦੇ ਜਾਂ ਰਾਹ ਵਿੱਚ ਮਿਲ ਜਾਂਦੇ ਆ ਤਾਂ ਦੱਸ ਦਿੰਦੇ ਕਿ ਤੁਸੀਂ ਐਡਵਰਟਾਈਜ਼ਮੈਂਟ ਕਰਦੇ ਹੋ, ਸਾਨੂੰ ਵੀ ਦੱਸ ਦਿਓ ਜਿੱਥੇ ਅਸੀਂ ਆਪਣੀ ਵੀ ਸਕਿੰਨ ਨੂੰ ਚਮਕਾ ਸਕੀਏ, ਜੇ ਕੋਈ ਪ੍ਰੋਬਲਮ ਆ ਜਾਂਦੀ ਤਾਂ ਆਪਣਾ ਟ੍ਰੀਟਮੈਂਟ ਵੀ ਕਰਵਾ ਸਕੀਏ। ਐਸ ਡੀ ਯੂਨੀਸੈਕਸ ਸਲੋਨ ਐਂਡ ਅਕੈਡਮੀ 'ਤੇ ਤੁਹਾਨੂੰ ਪਰਮਾਨੈਂਟ ਹੇਅਰ ਰਿਮੂਵਲ, ਟੈਟੂ ਰਿਮੂਵਲ, ਫੋਟੋ ਫੇਸ਼ੀਅਲ ਪਿਗਮੈਂਟੇਸ਼ਨ ਟ੍ਰੀਟਮੈਂਟ, ਸਕਿੰਨ ਟਾਈਟਨਿੰਗ, ਸਕਿੰਨ ਕਈ ਵੇਲੇ ਢਿਲਕ ਜਾਂਦੀ ਹੈ ਤਾਂ ਉਹਨੂੰ ਸਕਿੰਨ ਟਾਈਟਨਿੰਗ, ਐਂਟੀ ਏਜਿੰਗ ਟ੍ਰੀਟਮੈਂਟ, ਐਕਨੇ ਟ੍ਰੀਟਮੈਂਟ, ਬਲੈਕ ਡੋਲ ਕਾਰਬਨ ਫੇਸ਼ੀਅਲ, ਸਕਾਰ ਸਪੋਟ ਰਿਮੂਵਲ, ਰਿੰਕਲ ਟ੍ਰੀਟਮੈਂਟ, ਸਕਿੰਨ ਲਿਫਟਿੰਗ, ਅਤੇ ਇੱਧਰਲੇ ਪਾਸੇ ਆ ਜਾਈਏ ਤਾਂ ਹਾਈਡਰਾ ਫੇਸ਼ੀਅਲ ਭੈਣਾਂ ਵਾਸਤੇ ਬੀਬੀ ਗਲੋ ਫੇਸ਼ੀਅਲ, ਮਾਈਕਰੋ ਬਲੈਂਡਿੰਗ, ਪਰਮਾਨੈਂਟ ਬਲੱਸ਼, ਪਰਮਾਨੈਂਟ ਲਿਪ ਬਲੱਸ਼, ਆਈਬ੍ਰੋ ਫਿਲਰ, ਪਰਮਾਨੈਂਟ ਆਈ ਲੈਸ਼ਸ, ਪਰਮਾਨੈਂਟ ਨੇਲ ਐਕਸਟੈਂਸ਼ਨ, ਬਹੁਤ ਸਾਰੀਆਂ ਜਿਹੜੀਆਂ ਤੁਹਾਨੂੰ ਇਹ ਫੈਸਿਲਿਟੀਜ਼ ਦਿੰਦੇ ਆ। ਤੁਸੀਂ ਬੀਏਡ ਕਰਾਉਣੀ ਹੈ ਤਾਂ 50 ਰੁਪਏ ਆ, ਹੇਅਰ ਕੱਟ ਦਾ ਵੀ 100 ਰੁਪਇਆ, ਹੇਅਰ ਕੱਟ ਪਲੱਸ ਬੀਏਡ, ਜੇ ਤਾਂ ਸੋਹਣੀ ਸੋਹਣੀ ਬੀਏਡ ਬਣਾਉਣੀ ਤਾਂ 120 ਰੁਪਏ ਆ। ਬਾਕੀ ਪ੍ਰਾਈਜ਼ ਜਿਹੜਾ ਬਹੁਤ ਨੋਮੀਨਲ ਹੈ, ਬਹੁਤ ਜੈਨੂਨ ਹੈ। ਬੇਸਿਕਲੀ ਐਡਵਾਂਸ ਹਾਈਡਰਾ ਆ ਗਿਆ। ਅੱਛਾ, ਜੈਂਟਸ ਲਈ ਵੀ ਆ ਗਿਆ ਹੈ? ਹਾਂਜੀ, ਜੈਂਟਸ ਲਈ, ਲੇਡੀਜ਼ ਲਈ ਦੋਨਾਂ ਲਈ ਹੈ। ਇਹ ਨਾਰਮਲ ਹਾਈਡਰਾ ਗਿਣਿਆ ਜਾਂਦਾ, ਇਹ ਐਡਵਾਂਸ ਹੁੰਦਾ ਹੈ। ਜਿਹੜੇ ਇਹ ਵਾਲੇ ਹਾਈਡਰਾ ਦਾ ਰਿਜ਼ਲਟ ਔਨ ਚੇਅਰ ਹੋ ਜਾਂਦਾ, ਇਹਨਾਂ ਦੀਆਂ ਸਿਟਿੰਗ ਜ਼ਿਆਦਾ ਜਾਂਦੀ ਹੈ, ਇਹਨਾਂ ਦੀਆਂ 2-3 ਸਿਟਿੰਗਸ ਦੇ ਵਿੱਚ ਪ੍ਰੋਪਰ ਸਕਿਨ ਸੈਟ। ਅੱਛਾ, ਹਾਲੇ ਤੱਕ ਤਾਂ ਅਸੀਂ ਆਹੀ ਦੇਖਿਆ ਜੀ, ਹਾਈਡਰਾ ਫੇਸ਼ੀਅਲ ਔਨ ਚੇਅਰ ਵਿੱਚ ਤੁਸੀਂ ਉਸ ਤੋਂ ਵੀ ਐਡਵਾਂਸ ਲੈ ਕੇ ਆ ਗਏ। ਹਾਂਜੀ ਹਾਂਜੀ, ਮਤਲਬ ਆ ਥਾਰਿਆ ਥਾਰ ਰੌਕਸ ਵੀ ਆ ਗਈ। ਯੈਸ। ਅੱਛਾ, ਟੈਟੂ ਰਿਮੂਵਲ ਵੀ ਮੈਂ ਬਾਹਰ ਪੜ੍ਹ ਕੇ ਆਇਆ। ਹਾਂਜੀ, ਉਹ ਵੀ ਰਿਮੂਵ ਕਰ ਦਿੰਦੇ? ਹਾਂਜੀ, ਟੈਟੂ ਪਰਮਾਨੈਂਟ ਰਿਮੂਵ ਕਰ ਦੇਈਦਾ ਸੀ, ਕਿਸੇ ਤਰ੍ਹਾਂ ਦਾ ਵੀ ਟੈਟੂ ਹੋਵੇ। ਮੰਨ ਲਓ ਕਿਸੇ ਨੇ ਪਹਿਲਾਂ ਪਿਆਰ ਮੁਹੱਬਤ 'ਚ ਕਿਸੇ ਦਾ ਨਾਮ ਲਿਖਾ ਲਿਆ, ਹੁਣ ਵਿਆਹ ਕਿਤੇ ਹੋਰ ਹੋ ਰਿਹਾ, ਉਹ ਰਿਮੂਵ ਕਰ ਦੋਗੇ? ਹਾਂਜੀ ਹਾਂਜੀ, ਪੱਕਾ। ਨਹੀਂ, ਉੱਤੇ ਜ਼ਿਆਦਾਤਰ ਅਸੀਂ ਦੇਖਦੇ ਹਾਂ ਕਿ ਟੈਟੂ ਦੇ ਉੱਤੇ ਟੈਟੂ ਬਣਾਇਆ ਜਾਂਦਾ, ਮਤਲਬ ਪ੍ਰੋਪਰ ਪੁਰਾਣੀ ਸਕਿਨ ਆ। ਹਾਂਜੀ ਹਾਂਜੀ ਹਾਂਜੀ, ਉਹਦੇ ਉੱਤੇ ਪੁਰਾਣੀ ਸਕਿਨ ਆ ਜਾਂਦੀ ਹੈ, ਆਪਣਾ ਟੈਟੂ ਪ੍ਰੋਪਰ ਰਿਮੂਵ। ਹਾਂਜੀ, ਪਰਮਾਨੈਂਟ ਹੀ ਰਿਮੂਵ ਕਰ ਦੋ। ਮਤਲਬ ਕੋਈ ਵੀ ਸਟੂਡੈਂਟ ਆਊਗਾ 5000 ਦੇ ਕੇ ਆਪਣੀ ਐਡਮਿਸ਼ਨ ਕਰਵਾ ਸਕਦੇ ਆ। ਔਰ ਆਪਾਂ ਇੱਕ ਹੋਰ ਦੱਸ ਦਈਏ ਨਿੱਕੀਆਂ ਵੱਡੀਆਂ ਭੈਣਾਂ ਨੂੰ, ਭਰਾਵਾਂ ਨੂੰ ਵੀ, ਨਿੱਕੇ ਵੱਡੇ ਭਰਾਵਾਂ ਨੂੰ ਵੀ, ਕਿ ਸਭ ਤੋਂ ਸਸਤਾ ਕੋਰਸ ਜਿਹੜਾ ਆ ਸੀਰਤ ਤੇ ਡੀਗਰਾ ਹੁਣੇ ਕਰਾਉਂਦੇ ਨਵਾਂ ਸ਼ਹਿਰ ਦੇ, ਸਿਰਫ ਕਿੰਨੇ ਚ ਸ਼ੁਰੂ, ਮਤਲਬ ਕੋਰਸ ਕਿੰਨੇ ਸ਼ੁਰੂ ਹੋ ਜਾਂਦਾ? ਈਚ ਕੋਰਸ ਮੇਰੇ ਕੋ 10000 ਦੇ ਵਿੱਚ, ਸਿਰਫ 10000 ਰੁਪਏ ਵਿੱਚ। ਕੀ ਹੋਇਆ? ਮਤਲਬ ਪਹਿਲਾਂ ਤਾਂ ਇਹ ਚੀਜ਼ ਸੀਗੀ ਕਿ ਕੁੜੀਆਂ ਜਾਂਦੀਆਂ ਸੀ ਸੈਲੂਨ ਦੇ ਅੰਦਰ, ਬਾਹਰ ਆਉਂਦੀਆਂ ਸੀ, ਪਤੀ ਪਛਾਣਦਾ ਨਹੀਂ ਸੀ, ਕਹਿੰਦੇ ਭੈਣ ਜੀ ਮੇਰੇ ਵਾਲੀ ਕਿੱਥੇ ਗਈ। ਹੁਣ ਜਦੋਂ ਮੁੰਡੇ ਵੀ ਬਾਹਰ ਨਿਕਲਣਗੇ ਤਾਂ ਹੋ ਸਕਦਾ ਕੁੜੀਆਂ ਵੀ ਕਹਿ ਦੇਣ, ਭਾਬੀਆਂ ਵੀ ਕਹਿ ਦੇਣ, ਭਾਜੀ ਮੇਰਾ ਪਤੀ ਦੇਖਿਆ ਕਿਤੇ? ਫਿਰ ਉਹ ਕਹਿੰਦਾ ਮੈਂ ਹੀ ਆ, ਤੂੰ ਪਛਾਣਿਆ ਨਹੀਂ, ਮੈਂ ਜਾ ਕੇ ਆਇਆ ਕਿੱਥੇ, ਸੀਰੇ ਡੀਂਗਰਾਂ ਵਾਲਿਆਂ ਦੇ, ਤਾਂ ਉਹਨਾਂ ਨੇ ਮੇਰਾ ਫੇਸ਼ੀਅਲ ਕੀਤਾ ਅਤੇ ਮੈਨੂੰ ਗੋਰਾ ਚਿੱਟਾ ਬਣਾ ਦਿੱਤਾ। ਤਾਂ ਹੇਜ਼ਲ ਸਾਡੇ ਨਾਲ ਨੇ। ਹੇਜ਼ਲ, ਤੁਹਾਨੂੰ ਕਿੰਨੀ ਦੇਰ ਹੋ ਗਈ ਇੱਥੇ ਟ੍ਰੇਨਿੰਗ ਲੈਂਦੇ ਹੋਏ? ਮੈਨੂੰ ਕਾਫੀ ਟਾਈਮ ਹੋ ਗਿਆ ਅਤੇ ਮੈਂ ਕਾਫੀ ਨੌਲੇਜ ਲੈ ਲਈ ਇੱਥੋਂ, ਅਤੇ ਮੈਂ ਹੁਣ ਬਹੁਤ ਕੌਨਫੀਡੈਂਟ ਹਾਂ ਕਿ ਇੱਥੇ ਮੈਂ ਅਗਰ ਕਿਸੇ ਕਲਾਇੰਟਸ 'ਤੇ ਵੀ ਕੰਮ ਕਰਨਾ ਹੋਵੇ ਤਾਂ ਮੈਂ ਕਰ ਸਕਦੀ ਹਾਂ, ਮੈਨੂੰ ਇੰਨੀ ਨੌਲੇਜ। ਤੁਹਾਨੂੰ ਲੱਗਦਾ ਤੁਹਾਡੇ ਹੱਥ 'ਚ ਗੁਣ ਆ ਗਿਆ ਜੀ? ਹਾਂਜੀ, ਤੁਹਾਨੂੰ ਪ੍ਰੋਪਰ ਸ਼ਾਈਨ ਕੀਤਾ ਮੈਮ ਨੇ। ਹਾਂਜੀ, ਕੋਈ ਕੁਐਰੀ ਹੁੰਦੀ ਸੀ ਤਾਂ ਕਲੀਅਰ ਕਰਦੇ ਸੀ। ਹਾਂਜੀ, ਹੇਅਰ ਰਿਮੂਵਲ ਹੈ ਜਿਹੜੇ ਮਾਰਕੀਟ ਦੇ ਵਿੱਚ, ਇਹਦਾ 5000 ਇੱਕ ਸਿਟਿੰਗ ਦਾ ਲੈਂਦੇ, ਅਸੀਂ 2500 ਇੱਕ ਸਿਟਿੰਗ ਦਾ ਲੈਂਦੇ। 50% ਸਿੱਧਾ ਡਿਸਕਾਊਂਟ, 50% ਡਿਸਕਾਊਂਟ। ਹਾਂਜੀ, ਸੇਮ ਸੇਮ ਪ੍ਰੋਸੈਸ ਹੀ ਹੈ ਸਾਰਿਆਂ ਦੀ, ਸੇਮ ਪ੍ਰਾਈਸਿਸ ਹੈ। ਫੋਟੋ ਫੇਸ਼ੀਅਲ? ਹਾਂਜੀ, ਸੇਮ ਹੀ ਹੈ ਜੀ। ਫੋਟੋ ਫੇਸ਼ੀਅਲ 2000 ਦਾ ਹੈ। ਘਟ ਜਾਣਗੇ ਮਤਲਬ? ਹਾਂਜੀ ਹਾਂਜੀ ਹਾਂਜੀ। ਪਿਗਮੈਂਟੇਸ਼ਨ ਟ੍ਰੀਟਮੈਂਟ? ਪਿਗਮੈਂਟੇਸ਼ਨ ਟ੍ਰੀਟਮੈਂਟ ਵੀ 2500 ਚ ਹੀ ਆਏਗਾ। ਮਤਲਬ ਤੁਸੀਂ ਦੇਖ ਲਓ ਚਿਹਰਾ ਜੇ ਇੱਧਰ ਆ ਤਾਂ ਨਿਖਾਰ ਕੇ ਇੱਧਰ ਦਾ ਕਰ ਦੇਣਗੇ। ਕਿ ਜਿਹੜੇ ਸਾਡੇ ਭੈਣ ਭਰਾਵਾਂ ਨੂੰ ਨਵੇਂ ਸ਼ਹਿਰ ਵਿੱਚ ਉੱਠਦੇ ਗਰਦੇ ਕਰਕੇ, ਮਿੱਟੀ ਕਰਕੇ ਹੋ ਰਹੀ ਹੈ ਸਕਿੰਨ ਦੀ ਸਮੱਸਿਆ, ਜਾਂ ਕਹਿ ਲਈਏ ਦੁਬਿਧਾ, ਦੋਸਤੋ ਉਹਨਾਂ ਲਈ ਨਵਾਂ ਸ਼ਹਿਰ 'ਚ ਪਹਿਲੀ ਵਾਰ, ਭੈਣਾਂ ਲਈ ਤਾਂ ਬਹੁਤ ਵਾਰ ਨਵਾਂ ਸ਼ਹਿਰ 'ਚ, ਭਰਾਵਾਂ ਲਈ ਪਹਿਲੀ ਵਾਰ ਤੁਹਾਨੂੰ ਸਕਿੰਨ ਟ੍ਰੀਟਮੈਂਟ ਦੀ ਬਹੁਤ ਵਾਜਬ ਰੇਟਾਂ 'ਤੇ ਮਿਲਣ ਵਾਲੀ ਹੈ।
ਸੁਵਿਧਾ ਦੋਸਤੋ ਮਿਲਣ ਵਾਲੀ ਹੈ ਸੁਵਿਧਾ ਦੋਸਤੋ। ਸਤਿ ਸ਼੍ਰੀ ਅਕਾਲ ਬੀਜਪਤੀ ਨਵਾਂਸ਼ਹਿਰ ਦੇਖ ਰਹੇ, ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇ ਸੂਰੀ। ਤੁਸੀਂ ਸ਼ੇਅਰ ਤੋਂ ਅੰਦਾਜ਼ਾ ਲਾ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ। ਸਾਡੇ ਸਮੇਂ ਅਸੀਂ ਨਵਾਂਸ਼ਹਿਰ ਪੰਡੋਰੇ ਮੁਹੱਲੇ ਵਿਖੇ ਮੌਜੂਦ ਹਾਂ, ਔਰ ਸਾਨੂੰ ਕੁਝ ਕੁ ਸਮੇਂ ਤੋਂ ਮੈਸੇਂਜਰ 'ਤੇ ਮੈਸੇਜਸ ਆ ਰਹੇ ਸਨ ਨਿੱਕੀਆਂ ਵੱਡੀਆਂ ਭੈਣਾਂ ਦੇ ਕਿ ਸਾਨੂੰ ਸੈਲੂਨ ਜਾਂ ਬਿਊਟੀ ਅਕੈਡਮੀ ਦਾ ਕੋਈ ਅਜਿਹਾ ਕੋਰਸ ਦੱਸੋ ਜਿੱਥੇ ਬਹੁਤ ਰੀਜ਼ਨੇਬਲ ਪ੍ਰਾਈਜ਼ ਹੋਵੇ ਔਰ ਸ਼ਹਿਰ ਤੋਂ ਸਭ ਤੋਂ ਸਸਤਾ ਜਿਹੜੀ ਬਿਊਟੀ ਦਾ ਕੋਰਸ ਕਰਾਇਆ ਜਾਵੇ, ਅਕੈਡਮੀ ਹੋਵੇ। ਤਾਂ ਅਸੀਂ ਇਸ ਸਮੇਂ ਪਹੁੰਚੇ ਹਾਂ ਜੀ ਐਸ ਡੀ ਯੂਨੀਸੈਕਸ ਸਲੋਨ ਐਂਡ ਅਕੈਡਮੀ ਵਿਖੇ, ਜਿੱਥੇ ਕੋਰਸ ਜਿਹੜਾ ਉਹ ਸਿਰਫ 5000 ਰੁਪਏ ਵਿੱਚ ਸ਼ੁਰੂ ਹੋ ਜਾਂਦਾ, ਅਤੇ ਨਾਲ ਦੀ ਨਾਲ ਇਹ ਯੂਨੀਸੈਕਸ ਸੈਲੂਨ ਵੀ ਆ। ਭਰਾਵਾਂ ਦੇ ਵੀ ਕਈ ਵੇਲੇ ਮੈਸੇਜ ਆ ਜਾਂਦੇ ਜਾਂ ਰਾਹ ਵਿੱਚ ਮਿਲ ਜਾਂਦੇ ਆ, ਤਾਂ ਦੱਸ ਦਿੰਦੇ ਕਿ ਤੁਸੀਂ ਐਡਵਰਟਾਈਜ਼ਮੈਂਟ ਕਰਦੇ ਹਾਂ, ਸਾਨੂੰ ਵੀ ਦੱਸ ਦਿਓ ਜਿੱਥੇ ਅਸੀਂ ਆਪਣੀ ਵੀ ਸਕਿੰਨ ਨੂੰ ਚਮਕਾ ਸਕੀਏ, ਜੇ ਕੋਈ ਪ੍ਰੋਬਲਮ ਆ ਜਾਂਦੀ ਤਾਂ ਆਪਣਾ ਟ੍ਰੀਟਮੈਂਟ ਵੀ ਕਰਵਾ ਸਕੀਏ। ਤਾਂ ਇੱਥੇ ਐਸ ਡੀ ਯੂਨੀਸੈਕਸ ਸਲੋਨ ਐਂਡ ਅਕੈਡਮੀ 'ਤੇ ਤੁਹਾਨੂੰ ਪਰਮਾਨੈਂਟ ਹੇਅਰ ਰਿਮੂਵਲ, ਟੈਟੂ ਰਿਮੂਵਲ, ਫੋਟੋ ਫੇਸ਼ੀਅਲ ਪਿਗਮੈਂਟੇਸ਼ਨ ਟ੍ਰੀਟਮੈਂਟ, ਸਕਿੰਨ ਟਾਈਟਨਿੰਗ, ਸਕਿੰਨ ਕਈ ਵੇਲੇ ਢਿਲਕ ਜਾਂਦੀ ਹੈ ਤਾਂ ਉਹਨੂੰ ਸਕਿੰਨ ਟਾਈਟਨਿੰਗ, ਐਂਟੀ ਏਜਿੰਗ ਟ੍ਰੀਟਮੈਂਟ, ਐਕਨੇ ਟ੍ਰੀਟਮੈਂਟ, ਬਲੈਕ ਕਾਰਬਨ ਫੇਸ਼ੀਅਲ, ਸਕਾਰ ਸਪੋਟ ਰਿਮੂਵਲ, ਰਿੰਕਲ ਟ੍ਰੀਟਮੈਂਟ, ਸਕਿੰਨ ਲਿਫਟਿੰਗ। ਅਤੇ ਇੱਧਰਲੇ ਪਾਸੇ ਆ ਜਾਈਏ ਤਾਂ ਹਾਈਡਰਾ ਫੇਸ਼ੀਅਲ ਭੈਣਾਂ ਵਾਸਤੇ ਬੀਬੀ ਗਲੋ ਫੇਸ਼ੀਅਲ, ਮਾਈਕਰੋ ਬਲੈਂਡਿੰਗ, ਪਰਮਾਨੈਂਟ ਬਲੱਸ਼, ਪਰਮਾਨੈਂਟ ਲਿਪ ਬਲੱਸ਼, ਆਈਬ੍ਰੋ ਫਿਲਰ, ਪਰਮਾਨੈਂਟ ਆਈ ਲੈਸ਼, ਪਰਮਾਨੈਂਟ ਨੇਲ ਐਕਸਟੈਂਸ਼ਨ, ਬਹੁਤ ਸਾਰੀਆਂ ਜਿਹੜੀਆਂ ਤੁਹਾਨੂੰ ਇਹ ਫੈਸਿਲਿਟੀਜ਼ ਦਿੰਦੇ ਆ। ਲੇਕਿਨ ਚਾਰਜਸ ਕੀ ਲੈਂਦੇ ਆ ਅਤੇ ਪ੍ਰੋਸੈਸ ਕੀ, ਆਪਾਂ ਅੰਦਰ ਚੱਲ ਕੇ ਪੁੱਛਦੇ ਹਾਂ। ਤਾਂ ਇਹ ਜੀ ਯੂਨੀਸੈਕਸ ਸਲੋਨ ਅਤੇ ਅਕੈਡਮੀ ਦੇ ਅੰਦਰਲਾ ਮਾਹੌਲ। ਪਰ ਸਭ ਤੋਂ ਪਹਿਲਾਂ ਦਿਮਾਗ ਵਿੱਚ ਇਹ ਗੱਲ ਆਉਂਦੀ ਹੈ ਕਿ ਯਾਰ ਕਿਤੇ ਮਹਿੰਗਾ ਤਾਂ ਨਹੀਂ, ਕਿਉਂਕਿ ਬਹੁਤ ਸਾਰੀ ਫੈਸਿਲਿਟੀਜ਼ ਦੇ ਰਹੇ ਆ। ਤਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪ੍ਰਾਈਜ਼ ਰੇਟ ਹੀ ਦੱਸ ਦਿੰਦਾ। ਜੇਕਰ ਤੁਸੀਂ ਹੈੱਡ ਮਸਾਜ ਕਰਾਉਣੀ ਹੈ ਤਾਂ 100 ਰੁਪਇਆ, ਅਤੇ ਇਕੱਲੀ ਤੁਸੀਂ ਬੀਅਡ ਕਰਾਉਣੀ ਹੈ ਤਾਂ 50 ਰੁਪਇਆ, ਹੇਅਰ ਕੱਟ ਦਾ ਵੀ 100 ਰੁਪਇਆ, ਹੇਅਰ ਕੱਟ ਪਲੱਸ ਬੀਅਡ, ਜੇ ਇੱਦਾਂ ਦੀ ਸੋਹਣੀ ਸੋਹਣੀ ਬੀਅਡ ਬਣਾਉਣੀ ਤਾਂ 120 ਰੁਪਇਆ। ਬਾਕੀ ਪ੍ਰਾਈਜ਼ ਜਿਹੜਾ ਬਹੁਤ ਨੋਮੀਨਲ ਹੈ, ਬਹੁਤ ਜੈਨੂਨ ਹੈ। ਇੱਕ ਵਾਰੀ ਆਪਾਂ ਇੱਥੋਂ ਦੇ ਜਿਹੜੇ ਓਨਰ ਨੇ ਮੈਡਮ ਸੀਰਤ ਡੀਂਗਰ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਾਡੇ ਚੈਨਲ 'ਤੇ ਬਹੁਤ ਨਿੱਘਾ ਸਵਾਗਤ ਹੈ ਸੀਰਤ ਜੀ। ਸਤਿ ਸ਼੍ਰੀ ਅਕਾਲ ਭਈਆ, ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਵੈਲਕਮ ਫੋਰ ਐਸ ਡੀ ਯੂਨੀਸੈਕਸ ਸੈਲੂਨ। ਜੀ ਜੀ। ਅੱਛਾ ਮੈਮ, ਮੈਂ ਬੇਸਿਕ ਫੈਸਿਲਿਟੀ ਤਾਂ ਦੇਖ ਲਈ, ਤੁਸੀਂ ਦੇ ਰਹੇ ਹੋ ਬੜੇ ਜੈਨੂਨ, ਬੜੇ ਨੋਮੀਨਲ ਪ੍ਰਾਈਸ 'ਤੇ ਦੇ ਰਹੇ ਹੋ। ਬਾਹਰ ਮੈਂ ਫਲੈਕਸ 'ਤੇ ਪੜ੍ਹ ਕੇ ਕਿ ਹੋਰ ਬਹੁਤ ਨਵੀਆਂ ਤੁਸੀਂ ਫੈਸਿਲਿਟੀਜ਼ ਐਡ ਕੀਤੀਆਂ ਜਿਹੜੀਆਂ ਨਵਾਂ ਸ਼ਹਿਰ 'ਚ ਹਾਲੇ ਤੱਕ ਅਵੇਲੇਬਲ ਨਹੀਂ ਆ, ਉਹਦੇ ਲਈ ਆਪਣੇ ਕੋਲ ਰਿਸੋਰਸਿਸ ਕੀ ਹੈਗੇ ਆ? ਉਹਦੇ ਵਿੱਚ ਸਾਡੇ ਕੋਲ ਬੇਸਿਕਲੀ ਐਡਵਾਂਸ ਹਾਈਡਰਾ ਆ ਗਿਆ। ਅੱਛਾ, ਜੈਂਟਸ ਲਈ ਵੀ ਆ ਗਿਆ? ਹਾਂਜੀ, ਜੈਂਟਸ ਲਈ, ਲੇਡੀਜ਼ ਲਈ ਦੋਨਾਂ ਲਈ ਹੈ। ਇਹ ਨਾਰਮਲ ਹਾਈਡਰਾ ਗਿਣਿਆ ਜਾਂਦਾ, ਇਹ ਐਡਵਾਂਸ ਹੁੰਦਾ। ਜਿਹੜੇ ਇਹ ਵਾਲੇ ਹਾਈਡਰਾ ਦਾ ਰਿਜ਼ਲਟ ਔਨ ਚੇਅਰ ਹੋ ਜਾਂਦਾ, ਇਹਨਾਂ ਦੀ ਸਿਟਿੰਗ ਜ਼ਿਆਦਾ ਜਾਂਦੀ ਹੈ, ਇਹਨਾਂ ਦੀਆਂ 2-3 ਸਿਟਿੰਗਸ ਦੇ ਵਿੱਚ ਪ੍ਰੋਪਰ ਸਕਿਨ ਸੈਟ। ਅੱਛਾ, ਹਾਲੇ ਤੱਕ ਤਾਂ ਅਸੀਂ ਆਹੀ ਦੇਖਿਆ ਜੀ ਹਾਈਡਰਾ ਫੇਸ਼ੀਅਲ ਨਵਾਂਸ਼ਹਿਰ ਵਿੱਚ, ਤੁਸੀਂ ਉਸ ਤੋਂ ਵੀ ਐਡਵਾਂਸ ਲੈ ਕੇ ਆ ਗਏ? ਹਾਂਜੀ ਹਾਂਜੀ, ਮਤਲਬ ਆ ਥਾਰਿਆ ਥਾਰ ਰੌਕਸ ਵੀ ਆ ਗਈ? ਯੈਸ। ਠੀਕ ਹੈ ਜੀ। ਇਹਦੀ ਕਿੰਨੀ ਸਿਟਿੰਗ ਲੱਗਦੀ ਹੈ ਇਹਦੇ ਜੇ? ਇਹਦੇ ਅਗਰ ਇਹਦੀਆਂ ਮਿਨੀਮਮ 7 ਸਿਟਿੰਗ ਜਾਓਗੀਆਂ, ਇਹਦੀਆਂ 3 ਹੀ ਜਾਂਦੀਆਂ ਆ ਸਿਟਿੰਗਸ। ਇਹਦੇ ਨਾਲ ਫਿਰ ਚਿਹਰਾ ਨਿਖਰ ਜਾਂਦਾ? ਹਾਂਜੀ, ਪ੍ਰੋਪਰ ਸਕਿਨ ਕਲੀਅਰ ਹੋ ਜਾਂਦੀ ਹੈ। ਮਤਲਬ ਜੈਂਟਸ ਵੀ ਆ ਸਕਦੇ? ਜੈਂਟਸ ਲੇਡੀਜ਼ ਦੋਨਾਂ ਲਈ ਇਹ ਆ। ਨੋਰਮਲੀ ਆਪਾਂ ਕਿਸੇ ਵੀ ਸੈਲੂਨ ਜਾਂਦੇ ਆ ਜਾਂ ਅਕੈਡਮੀ ਜਾਂਦੇ, ਉੱਥੇ ਕਹਿੰਦੇ ਕਿ ਲੇਡੀਜ਼ ਹੀ ਇਕੱਲੀਆਂ ਆ ਸਕਦੇ, ਜੈਂਟਸ ਨਹੀਂ ਆ ਸਕਦੇ? ਨਹੀਂ ਨਹੀਂ, ਸਾਡੇ ਇੱਥੇ ਜੈਂਟਸ ਆ ਕੇ ਆਪਣੇ ਚਿਹਰੇ ਦਾ ਟ੍ਰੀਟਮੈਂਟ ਕਰਾ ਸਕਦੇ? ਹਾਂਜੀ ਹਾਂਜੀ, ਸਾਡੇ ਕੋਲ ਪਰਮਾਨੈਂਟ ਟ੍ਰੀਟਮੈਂਟ ਵੀ ਸ਼ੁਰੂ ਹੋ ਚੁੱਕੇ ਨੇ, ਲੇਜ਼ਰ ਟ੍ਰੀਟਮੈਂਟ, ਪਿਗਮੈਂਟੇਸ਼ਨ ਟ੍ਰੀਟਮੈਂਟ, ਐਕਨੇ ਟ੍ਰੀਟਮੈਂਟ ਔਰ ਪਿਗਮੈਂਟੇਸ਼ਨ। ਟ੍ਰੀਟਮੈਂਟ ਕੀ ਹੁੰਦਾ ਮਾੜਾ ਸਮਝਾਓ? ਐਕਨੇ ਟ੍ਰੀਟਮੈਂਟ ਇਦਾਂ ਹੁੰਦਾ ਕਿ ਜਿੱਦਾਂ ਹੁਣ ਆਪਣੇ ਫੇਸ ਤੇ ਜਿਹੜੇ ਐਕਨੇਸ ਹੁੰਦੇ ਆ ਉਹਨਾਂ ਨੂੰ ਆਪਾਂ ਕਲੀਅਰ ਕਰਦੇ ਹਾਂ। ਸੱਚ ਹੈ, ਜੇ ਆਪਾਂ ਪੰਜਾਬੀ ਦੱਸੀਏ ਐਕਨੇਸ, ਪਿੰਪਲਸ, ਪਿੰਪਲ
ਥੋੜਾ ਫਿੰਸੀ, ਠੀਕ ਹੈ, ਜਿਹੜੇ ਫੇਸ ਤੇ ਆਪਣੇ ਪਿੰਪਲਸ ਹੁੰਦੇ ਆ ਉਹਨਾਂ ਨੂੰ ਇਹ ਸਕਿਨ ਕਲੀਅਰ ਕਰ ਦਿੰਦੀ ਆ। ਇਹਦੀਆਂ ਵੀ ਸੈਟਿੰਗਸ ਹੁੰਦੀਆਂ ਆ। ਇੱਕ ਐਂਟੀ ਏਜਿੰਗ ਪੜ ਕੇ ਆਇਆ ਮੈਂ, ਉਹ ਫੈਸਿਲਿਟੀ ਕਿਹੜੀ ਹੈ? ਉਹਦੇ ਵਿੱਚ ਜਿਹੜੇ ਆਪਣੇ ਝਰੂੜੀਆਂ ਜਿਹਨੂੰ ਪੰਜਾਬੀ ਵਿੱਚ ਝਰੂੜੀਆਂ ਕਹਿ ਦਿੰਦੇ ਆ, ਰਿੰਕਲਸ ਵਗੈਰਾ, ਉਹ ਕਲੀਅਰ ਕਰਨ ਵਾਸਤੇ ਹੁੰਦੀ ਆ। ਆਈਜ਼ ਦੇ ਕੋਲ ਆ ਜਾਂਦੀਆਂ ਜਾਂ ਸਕਿਨ ਲਿਫਟਿੰਗ ਕਹਿ ਦਿੰਦੇ ਨਾ, 40-50 ਸਾਲ ਤੋਂ ਸ਼ੁਰੂ ਹੋ ਜਾਂਦੀਆਂ। ਹਾਂਜੀ ਹਾਂਜੀ, ਉਹਦੇ ਪਰਮਾਨੈਂਟ ਟ੍ਰੀਟਮੈਂਟਸ ਹੈ, ਉਹ ਸਕਿਨ ਟਾਈਟ ਕਰ ਦਿੰਦੇ ਆ। ਬਾਹਰ ਤਾਂ ਬਹੁਤ ਐਕਸਪੈਂਸਿਵ ਹੈ, ਜਿੱਦਾਂ ਹੁਣ NRI ਭੈਣ ਭਰਾਵਾਂ ਨੇ ਆਉਣਾ, ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਗਿਆ, ਤਾਂ ਫਿਰ ਕੋਈ ਡਿਸਕਾਊਂਟ ਵੀ ਹੋ ਜਾਏਗਾ? ਹਾਂਜੀ ਹਾਂਜੀ, ਸਾਡੇ ਕੋਲ 2500 ਤੋਂ ਸਿਟਿੰਗ ਸਟਾਰਟ ਹੈ, ਪਰਮਾਨੈਂਟ ਟ੍ਰੀਟਮੈਂਟ ਹੈ। ਬਾਕੀ ਅਕੋਰਡਿੰਗ ਟੂ ਸਕਿਨ ਹੁੰਦਾ ਹੈ ਕਿ ਕਿੰਨੀ ਸਿਟਿੰਗਸ ਕਸਟਮਰ ਤੇ ਜਾਣੀ ਹੈ, ਕਿੰਨੀਆਂ ਨਹੀਂ ਜਾਣੀ। ਅੱਛਾ, ਟੈਟੂ ਰਿਮੂਵਲ ਵੀ ਮੈਂ ਬਾਹਰ ਪੜ ਕੇ ਆਇਆ। ਹਾਂਜੀ, ਉਹ ਰਿਮੂਵ ਕਰ ਦਿੰਦੇ? ਹਾਂਜੀ, ਟੈਟੂ ਪਰਮਾਨੈਂਟ ਰਿਮੂਵ ਕਰ ਦੇਈਦਾ ਸੀ, ਕਿਸੇ ਤਰ੍ਹਾਂ ਦਾ ਵੀ ਟੈਟੂ ਹੋਵੇ। ਮੰਨ ਲਓ ਕਿਸੇ ਨੇ ਪਹਿਲਾ ਪਿਆਰ ਮੁਹੱਬਤ 'ਚ ਕਿਸੇ ਦਾ ਨਾਮ ਲਿਖਾ ਲਿਆ, ਹੁਣ ਵਿਆਹ ਕਿਤੇ ਹੋਰ ਹੋ ਰਿਹਾ, ਉਹ ਰਿਮੂਵ ਕਰ ਦੋਗੇ? ਹਾਂਜੀ ਹਾਂਜੀ, ਪੱਕਾ। ਨਹੀਂ, ਉੱਤੇ ਜ਼ਿਆਦਾਤਰ ਅਸੀਂ ਦੇਖਦੇ ਹਾਂ ਕਿ ਟੈਟੂ ਦੇ ਉੱਤੇ ਟੈਟੂ ਬਣਾਇਆ ਜਾਂਦਾ, ਮਤਲਬ ਪ੍ਰੋਪਰ ਪੁਰਾਣੀ ਸਕਿਨ ਆ। ਹਾਂਜੀ ਹਾਂਜੀ ਹਾਂਜੀ, ਉਹਦੇ ਉੱਤੇ ਪੁਰਾਣੀ ਸਕਿਨ ਆ ਜਾਂਦੀ ਹੈ, ਆਪਣਾ ਟੈਟੂ ਪ੍ਰੋਪਰ ਰਿਮੂਵ। ਹਾਂਜੀ, ਪਰਮਾਨੈਂਟ ਹੀ ਰਿਮੂਵ ਕਰ ਦਿੰਦੇ। ਹੋਰ ਕਿਹੜੀ ਕਿਹੜੀ ਫੈਸਿਲਿਟੀ ਮਸ਼ੀਨਾਂ ਦੇ ਥਰੂ ਦੇ ਰਹੇ ਹੋ ਤੁਸੀਂ? ਹੋਰ ਪਿਗਮੈਂਟੇਸ਼ਨ, ਲੇਜ਼ਰ ਟ੍ਰੀਟਮੈਂਟ, ਪਰਮਾਨੈਂਟ ਜਿਹੜੇ ਹੇਅਰ ਰਿਮੂਵ ਕਹਿ ਦਿੰਦੇ ਆ ਉਹ ਚੀਜ਼ ਹੋ ਜਾਂਦੀ ਹੈ। ਠੀਕ ਹੈ ਜੀ। ਤੇ ਐਕਨੇ ਹੋ ਗਏ, ਪਿਗਮੈਂਟੇਸ਼ਨ ਹੋ ਗਈ, ਸਕਿਨ ਲਿਫਟਿੰਗ। ਭੈਣਾਂ ਦੇ ਚਿਹਰੇ ਤੇ ਵਾਲ ਆ ਰਹੇ ਜਿਹੜੇ ਅਨਵਾਂਟਿਡ ਨਹੀਂ ਚਾਹੀਦੇ, ਭੈਣਾਂ ਦੇ, ਭਰਾਵਾਂ ਦੇ, ਸਾਰਿਆਂ ਦੇ, ਭਰਾਵਾਂ ਨੂੰ ਤਾਂ ਚਾਹੀਦੇ ਹੀ ਹੁੰਦੇ ਆ। ਨਹੀਂ, ਕਈ ਆ ਚੀਜ਼ ਤੇ ਕੁੜੀਆਂ ਕਹਿੰਦੀਆਂ ਨੇ ਤੇਰੇ ਨਾਲ ਕੀ ਬੋਲਣਾ, ਤੇਰੇ ਚਿਹਰੇ ਉੱਤੇ ਮੁੱਛ ਪਈਦਾ, ਤਾਂ ਭਰਾਵਾਂ ਨੂੰ ਤਾਂ ਚਾਹੀਦੇ ਹੀ ਹੁੰਦੇ ਆ। ਹਾਂਜੀ, ਜ਼ਿਆਦਾ ਕੌਨਸ਼ੀਅਸ ਹੁੰਦੇ ਆ ਜੀ। ਤੁਸੀਂ ਫੈਸਿਲਿਟੀਜ਼ ਦੱਸ ਰਹੇ ਸੀ। ਹਾਂਜੀ, ਲੇਜ਼ਰ ਟ੍ਰੀਟਮੈਂਟ ਹੈਗਾ ਆਪਣੇ ਕੋਲ, ਪਰਮਾਨੈਂਟ, ਇੱਕ ਬਲੈਕ ਡੋਲ ਫੇਸ਼ੀਅਲ, ਕਾਰਬਨ ਫੇਸ਼ੀਅਲ, ਜੋ ਕਿ ਨਵਾਂ ਸ਼ਹਿਰ ਵਿੱਚ ਕਿਸੇ ਕੋਲ ਫੈਸਿਲਿਟੀ ਨਹੀਂ ਹੈ। ਸਮਝਾਓ, ਬੇਬੀ ਡੋਲ ਤਾਂ ਸੁਣਿਆ, ਬਲੈਕ ਡੋਲ ਪਹਿਲੀ ਵਾਰ ਸੁਣ ਰਹੇ ਹਾਂ। ਹਾਂਜੀ ਹਾਂਜੀ, ਜਿਹੜਾ ਬੇਬੀ ਡੋਲ ਫੇਸ਼ੀਅਲ ਹੁੰਦਾ ਆ ਉਹ ਵੀ, ਤੇ ਬਲੈਕ ਡੋਲ ਫੇਸ਼ੀਅਲ, ਦੋਨੋਂ ਸਿਮਿਲਰ ਹੁੰਦੇ ਆ। ਅੱਛਾ ਜੀ, ਵੈਸੇ ਫਰਕ ਫਿਰ ਇਹਦੇ ਵਿੱਚ ਆਪਣੀ ਸਕਿਨ ਜਿਹੜੀ ਪਰਮਾਨੈਂਟ ਕਲੀਅਰ ਕਰਨ ਲਈ ਇਹ ਹੁੰਦੇ ਆ। ਇਹਦੇ ਨਾਲ ਪਰਮਾਨੈਂਟ, ਜੇ ਆਪਣੀ ਇੱਕ ਵਾਰੀ ਫੇਅਰ ਹੋ ਗਈ ਫਿਰ ਉਹਦੇ ਨਾਲ ਡਲਨੈਸ ਨਹੀਂ ਆਣੀ, ਉਹ ਪਰਮਾਨੈਂਟ ਕਲੀਅਰ ਹੀ ਹੋ ਜਾਏ। ਮਤਲਬ ਜੇ ਆਪਾਂ ਬਲੈਕ ਡੋਲ, ਤੁਸੀਂ ਜਿਹੜਾ ਬੇਬੀ ਡੋਲ, ਬਲੈਕ ਡੋਲ ਫੇਸ਼ੀਅਲ, ਹਾਂਜੀ, ਫੇਸ਼ੀਅਲ ਕਰਾਉਂਦੇ ਆ ਤਾਂ ਸਕਿਨ ਜੇ ਤੁਹਾਡੀ ਇੱਕ ਵਾਰ ਸਫੇਦ ਹੋ ਗਈ ਤਾਂ ਰੇਲਵੇ ਰੋਡ ਦੇ ਵਾਂ ਮਿੱਟੀ ਪਈ ਜਾਵੇ। ਹਾਂਜੀ ਹਾਂਜੀ, ਸਕਿਨ ਫੇਰ ਕਾਲੀ ਨਹੀਂ ਹੁੰਦੀ। ਹਾਂਜੀ ਹਾਂਜੀ, ਸਕਿਨ ਸਾਰੇ ਪਰਮਾਨੈਂਟ ਟ੍ਰੀਟਮੈਂਟ ਸੀ ਸ਼ੁਰੂ ਹੋ ਗਏ। ਤੁਸੀਂ ਦੱਸੋ, ਟਿਸ਼ੂ ਆ ਫੇਰ ਨਾ ਤੁਹਾਡੀ ਸਕਿਨ ਉਦਾਂ ਦੀ ਹੋ ਗਈ? ਹਾਂਜੀ, ਠੀਕ ਹੈ ਜੀ। ਜਦ ਐਕਸਪੈਂਸਿਵ ਤਾਂ ਨਹੀਂ ਹੋ ਜਾਂਦਾ? ਨਹੀਂ ਸਰ, ਇਹ ਸਭ ਮੈਂ ਤੁਹਾਨੂੰ ਦੱਸਿਆ, ਸਾਰੀਆਂ ਸਿਟਿੰਗ ਮੇਰੇ ਕੋਲ 2500 ਤੋਂ ਸ਼ੁਰੂ, ਜੋ ਕਿ ਅਸੀਂ ਬਾਹਰੋਂ ਕਨਫਰਮ ਕੀਤਾ 5000 ਤੋਂ ਸਿਟਿੰਗ ਸਟਾਰਟ ਹੁੰਦੀ ਹੈ। ਸਾਡੇ ਕੋਲ ਇੱਕ ਬੰਦਾ ਹੈਗਾ ਜੀ ਰਕੇਸ਼ ਸਾਹਿਬ, ਉਹਦਾ ਨਾਂ ਆ। ਅੱਛਾ ਜੀ, ਸਾਡਾ ਭਰਾ, ਉਹ ਐਨ ਪੱਕਾ ਆ। ਹਾਂਜੀ, ਉਹਨੂੰ ਸਾਫ਼ ਕਰ ਦੂੰਗੇ, ਕਰ ਦਾਂਗੇ ਜੀ। ਚਲੋ ਠੀਕ ਹੈ, ਠੀਕ ਹੈ, ਲੈ ਕੇ ਆਵਾਂਗੇ। ਹਾਂਜੀ, ਤਜਰਬਾ ਕਰਾਂਗੇ ਫਿਰ ਦੱਸਾਂਗੇ ਵੀ। ਦੱਸੋ ਹੋਰ ਕਿਹੜੀ ਕਿਹੜੀ? ਬਾਕੀ ਜਿਹੜੀ ਇਹ ਵਾਲੀ ਹਾਈਡਰਾ ਆ, ਇਹ ਵੀ ਅਸੀਂ ਬਹੁਤ ਹੀ ਵਧੀਆ, ਇਹਦਾ ਟ੍ਰੀਟਮੈਂਟ ਵੀ ਹੁੰਦਾ ਇਹਦੇ ਨਾਲ, ਸਕਿਨ ਦਾ ਟ੍ਰੀਟਮੈਂਟ ਪਲੱਸ ਫੇਸ਼ੀਅਲ ਹੈ ਇਹ। ਇਹਦੀਆਂ ਸੈਟਿੰਗਸ ਤਿੰਨ ਨਾਲ ਹੀ ਆਪਣੀ ਪ੍ਰੋਪਰ ਸਕਿਨ ਐਨ ਕਲੀਅਰ ਹੋ ਜਾਂਦੀ, ਇਹਦੇ ਨਾਲ ਵੀ ਸਕਿਨ ਲਿਫਟਿੰਗ ਵਗੈਰਾ ਸਭ ਕੁਝ ਹੋ ਜਾਂਦੀ। ਇਹਨਾਂ ਵਿੱਚ ਸੀਰਮ ਹੁੰਦੇ ਆ, ਆਪਾਂ ਅਕੋਰਡਿੰਗ ਟੂ ਸਕਿਨ ਉਹਨਾਂ ਦੇ ਫੇਸ ਤੇ ਸੀਰਮ ਦੇਣਾ ਹੁੰਦਾ, ਡਿਪੈਂਡ ਕਰਦਾ ਨਾ ਕਿ ਹਾਂਜੀ ਸਕਿਨ ਟੋਨ ਕਿਹੋ ਜਿਹੀ ਹੈ। ਹਾਂਜੀ ਹਾਂਜੀ, ਉਹਦੇ ਉਹਦੇ ਅਕੋਰਡਿੰਗ ਕਰਦੇ ਆ, S1 S2 S3 S4। ਹਾਂਜੀ ਹਾਂਜੀ, S4 ਜਿਹੜਾ ਹੁੰਦਾ ਆ ਆਫਟਰ ਉਹਦੇ ਸਕਿਨ ਤੋਂ, ਆਫਟਰ ਫੇਸ਼ੀਅਲ ਹੁੰਦਾ ਆ। ਬਾਕੀ S1 S2 S3 ਇਹ ਆਪਾਂ ਮਿਡ ਫੇਸ਼ੀਅਲ ਦੇ ਵਿੱਚ ਦੇਣਾ ਹੁੰਦਾ ਅਕੋਰਡਿੰਗ ਟੂ ਸਕਿਨ ਜੀ। ਨਾਲ ਦੀ ਨਾਲ ਆਪਾਂ ਅਕੈਡਮੀ ਦੀ ਗੱਲ ਵੀ ਕਰ ਲੈਂਦੇ ਹਾਂ, ਤੁਸੀਂ ਜਿਹੜੇ ਮਾਨਤਾ ਪ੍ਰਾਪਤ ਹੋ ਜੀ, ਜਿਹੜਾ ਇੱਥੇ ਸਰਟੀਫਿਕੇਟ ਦਿੰਦੇ ਹੋ ਉਹ ਵੀ ਮਾਨਤਾ ਪ੍ਰਾਪਤ ਹੁੰਦਾ? ਹਾਂਜੀ, ਸਾਡੇ ਕੋਲ ਇੰਟਰਨੈਸ਼ਨਲ ਆਨਲਾਈਨ ਸਰਟੀਫਿਕੇਟ ਹੈ। ਤੇ ਬੱਚੇ ਜੇ ਬਾਹਰ ਜਾਂਦੇ ਪਲੇਸਮੈਂਟ ਹੋ ਜਾਂਦੀ ਹੈ? ਹਾਂਜੀ ਹਾਂਜੀ, ਤੇ ਬਾਹਰ ਮੈਂ ਇਹ ਵੀ ਪੜ੍ਹ ਕੇ ਕਿ ਸਿਰਫ 4999 ਰੁਪਏ, ਮਤਲਬ 5000 ਕੋਈ ਦਿੰਦਾ, ਤੁਸੀਂ ਰੁਪਿਆ ਮੋੜ ਦਿੰਦੇ ਹੋ। ਹਾਂਜੀ, ਉਹ ਕੀ ਆ ਫੈਸਿਲਿਟੀ ਦੱਸੋ ਜੀ? ਉਹ ਮਤਲਬ ਕੋਈ ਵੀ ਸਟੂਡੈਂਟ ਆਊਗਾ 5000 ਦੇ ਕੇ ਆਪਣੀ ਐਡਮਿਸ਼ਨ ਕਰਵਾ ਸਕਦੇ ਆ। ਔਰ ਆਪਾਂ ਇੱਕ ਹੋਰ ਦੱਸ ਦਈਏ ਨਿੱਕੀਆਂ ਵੱਡੀਆਂ ਭੈਣਾਂ ਨੂੰ, ਭਰਾਵਾਂ ਨੂੰ ਵੀ, ਨਿੱਕੇ ਵੱਡੇ ਭਰਾਵਾਂ ਨੂੰ ਵੀ, ਕਿ ਸਭ ਤੋਂ ਸਸਤਾ ਕੋਰਸ ਜਿਹੜਾ ਆ ਸੀਰਤ ਤੇ ਡਿੰਗਰਾ ਹੁਣੇ ਕਰਾਉਂਦੇ ਨਵਾਂ ਸ਼ਹਿਰ ਵਿੱਚ, ਸਿਰਫ ਕਿੰਨੇ ਸ਼ੁਰੂ, ਮਤਲਬ ਕੋਰਸ ਕਿੰਨੇ ਸ਼ੁਰੂ ਹੋ ਜਾਂਦਾ? ਈਚ ਕੋਰਸ ਮੇਰੇ ਕੋਲ 10000 ਦੇ ਵਿੱਚ, ਸਿਰਫ 10000 ਰੁਪਏ ਵਿੱਚ।
ਤੁਸੀਂ ਆ ਕੇ ਇੱਥੇ ਕੋਰਸ ਜਿਹੜਾ ਆ ਉਹ ਜੁਆਇਨ ਕਰ ਸਕਦੇ ਹੋ। ਹਾਂਜੀ। ਤੇ ਡਿਊਰੇਸ਼ਨ ਕੀ ਰਹਿੰਦੀ ਹੈ? ਡਿਊਰੇਸ਼ਨ 1 ਮੰਥ ਨੇਲਸ ਦੀ, 1 ਮੰਥ ਆ, ਬਾਕੀ ਸਾਰੇ ਕੋਰਸ ਦੀ 2 ਮੰਥ ਜਾਂਦੀ ਹੈ। 2 ਮੰਥ ਜੇ ਕਿਸ ਨੂੰ 2 ਮੰਥ ਦੇ ਅੰਦਰ ਅੰਦਰ ਵੀ ਕੋਰਸ ਕਲੀਅਰ ਨਹੀਂ ਹੁੰਦਾ ਤਾਂ ਨਹੀਂ, ਅਸੀਂ ਕਲੀਅਰ ਕਰਕੇ ਹੀ ਬੱਚੇ ਨੂੰ ਭੇਜੀਦਾ। ਓਨੇ ਹੀ ਬਾਈ ਚਾਂਸ ਨਹੀਂ ਹੁੰਦਾ, ਓਨੀ ਫੀਸ ਦੇ ਵਿੱਚ ਹੀ ਅਸੀਂ ਐਕਸਟਰਾ ਟਾਈਮ ਲਗਵਾ ਕੇ ਕਲੀਅਰ ਕਰਕੇ ਹੀ ਬੱਚੇ ਨੂੰ ਭੇਜੀਦਾ। ਕਿੱਟ ਤੁਹਾਡੀ ਰਹਿੰਦੀ ਹੈ? ਮੇਕਅਪ ਹਾਂਜੀ, ਮਟੀਰੀਅਲ ਸਾਰਾ ਮੇਰਾ ਰਹਿੰਦਾ, ਮਟੀਰੀਅਲ ਸਾਰਾ ਤੁਹਾਡਾ ਰਹਿੰਦਾ। ਇੱਥੇ ਜਿਵੇਂ ਹੁਣ ਸਰਵਿਸਿਜ਼ ਦੇ ਰਹੇ ਹੋ ਤੁਸੀਂ, ਹਾਂਜੀ, ਜਿਹੜੇ ਜੈਂਟਸ ਆ ਰਹੇ ਆ ਉਹਨਾਂ ਲਈ ਆ ਕੀ ਆ, ਕੋਈ ਪ੍ਰੋਟੀਨ ਸ਼ੇਕ ਦੇ ਰਹੇ ਹੋ ਕਿ ਇਹ ਕੀ? ਨਹੀਂ ਸਰ, ਇਹ ਫੇਸ਼ੀਅਲਸ ਨੇ, ਹਾਈਡਰਾ ਸਪੈਸ਼ਲ ਫੇਸ਼ੀਅਲ ਨੇ। ਅੱਛਾ ਜੀ। ਹਾਂਜੀ, ਇਹਨਾਂ ਨਾਲ ਟ੍ਰੀਟਮੈਂਟ ਵੀ ਹੁੰਦਾ ਆ, ਇਹ ਫੇਸ਼ੀਅਲਸ ਨੇ, ਟ੍ਰੀਟਮੈਂਟਸ ਹੋਰ ਵੀ ਮੇਰੇ ਕੋਲ ਬਹੁਤ ਸਾਰੇ ਆਏ ਹੋਏ ਅਵੇਲੇਬਲ ਨੇ, ਸਾਰੇ ਬ੍ਰਾਂਡਸ ਦੇ ਅਸੀਂ ਲਿਆ ਕੇ ਆਏ। ਐਕਸਪੈਂਸਿਵ ਤਾਂ ਨਹੀਂ ਜ਼ਿਆਦਾ ਹੋ ਜਾਂਦਾ? ਨਹੀਂ ਸਰ, ਅਸੀਂ ਆਪਣੀ ਰੇਂਜ ਪ੍ਰੋਪਰ ਹੀ ਰੱਖੀ ਹੋਈ ਹੈ। ਮਤਲਬ ਪਹਿਲਾਂ ਤਾਂ ਇਹ ਚੀਜ਼ ਸੀਗੀ ਕਿ ਕੁੜੀਆਂ ਜਾਂਦੀਆਂ ਸੀ ਸੈਲੂਨ ਦੇ ਅੰਦਰ, ਬਾਹਰ ਆਉਂਦੇ ਸੀ, ਪਤੀ ਪਛਾਣਦਾ ਨਹੀਂ ਸੀ, ਕਹਿੰਦੇ ਭੈਣ ਜੀ ਮੇਰੇ ਵਾਲੀ ਕਿੱਥੇ ਗਈ। ਹੁਣ ਜਦੋਂ ਮੁੰਡੇ ਵੀ ਬਾਹਰ ਨਿਕਲਣਗੇ ਤਾਂ ਹੋ ਸਕਦਾ ਕੁੜੀਆਂ ਵੀ ਕਹਿ ਦੇਣ, ਭਾਬੀਆਂ ਵੀ ਕਹਿੰਦੇ ਭਾਜੀ ਮੇਰਾ ਪਤੀ ਦੇਖਿਆ ਕਿਤੇ, ਫਿਰ ਕਹੂਗਾ ਮੈਂ ਹੀ ਆ, ਤੂੰ ਪਛਾਣਿਆ ਨਹੀਂ, ਮੈਂ ਜਾ ਕੇ ਆਇਆ ਕਿੱਥੇ, ਸੀਰੇ ਡੀਂਗਰਾਂ ਵਾਲਿਆਂ ਦੇ, ਤਾਂ ਉਹਨਾਂ ਨੇ ਮੇਰਾ ਫੇਸ਼ੀਅਲ ਕੀਤਾ ਤੇ ਮੈਨੂੰ ਗੋਰਾ ਚਿੱਟਾ ਬਣਾ ਦਿੱਤਾ। ਦੇਖਿਆ ਪਰਲਾ ਸੈਕਸ਼ਨ? ਹਾਂਜੀ ਜੀ। ਮੈਮ ਤੇ ਅਕੈਡਮਿਕ ਸੈਕਸ਼ਨ ਹੈ ਜੀ ਤੁਹਾਡਾ? ਹਾਂਜੀ, ਯੂਨੀਸੈਕਸ ਅਕੈਡਮਿਕ ਸੈਕਸ਼ਨ ਬਣਾ ਦਿੱਤਾ, ਸੈਂਟਰ ਵਿੱਚ ਪਾਰਟੀਸ਼ਨ ਕਰ ਦਿੱਤੀ ਕਿ ਨਾ ਗਰਲਸ ਨੂੰ ਪ੍ਰੋਬਲਮ ਆਈ ਨਾ ਬੋਇਜ਼ ਨੂੰ ਆਈ। ਉਹ ਦੇਖ ਰਹੇ ਪਿਛਲੀ ਵਾਰ ਬੋਇਜ਼ ਨਹੀਂ ਸੀਗੇ ਤੁਹਾਡੇ ਅਕੈਡਮੀ ਵਿੱਚ? ਹਾਂਜੀ। ਹੁਣ ਮਤਲਬ ਜਿਹੜੇ ਨੌਜਵਾਨ ਆ, ਮੇਲ ਆ, ਉਹ ਵੀ ਐਡਮਿਸ਼ਨ ਲੈ ਸਕਦੇ? ਹਾਂਜੀ ਹਾਂਜੀ ਜੀ। ਇਹ ਕੀ ਚੱਲ ਰਿਹਾ ਜੀ ਇੱਧਰ, ਕੀ ਟ੍ਰੇਨਿੰਗ ਦਿੱਤੀ ਜਾ ਰਹੀ? ਇਹ ਹੇਅਰ ਕੱਟ ਕਰ ਰਹੇ ਨੇ, ਇੱਧਰ ਥਰੈਡਿੰਗ ਕਰ ਰਹੇ ਆ ਬੱਚੇ, ਬਾਕੀ ਸਾਰੇ ਤਰ੍ਹਾਂ ਦੇ ਬੱਚਿਆਂ ਨੇ ਕੋਰਸ ਲਏ ਹੋਏ ਨੇ। ਅੱਛਾ, ਡੰਮੀਸ ਤੇ ਵੀ ਪ੍ਰੈਕਟਿਸ ਕਰਾਉਂਦੇ ਕਿ ਇੱਧਰ ਜੇ ਕੋਈ ਕਲਾਇੰਟ? ਨਹੀਂ ਡੰਮੀ, ਹਾਂਜੀ, ਕਲਾਇੰਟਸ ਤੇ ਵੀ ਪਹਿਲਾਂ ਡੰਮੀਸ ਤੇ ਹੀ ਕਰਵਾਈ ਦੀ ਆ, ਫਿਰ ਬਾਅਦ ਵਿੱਚ ਕਲਾਇੰਟਸ ਵੀ ਪ੍ਰੋਵਾਈਡ ਕਰੀ ਦੇ। ਸਾਰਾ ਤੁਸੀਂ ਦਿੰਦੇ ਹੋ? ਹਾਂਜੀ ਹਾਂਜੀ। ਨੇਲ ਐਕਸਟੈਂਸ਼ਨ ਬਾਰੇ ਵੀ? ਹਾਂਜੀ, ਨੇਲ ਐਕਸਟੈਂਸ਼ਨ ਦਾ ਆਲ ਕੋਰਸ ਹੈ ਸਾਡੇ ਕੋਲ, ਐਡਵਾਂਸ ਵੀ ਹੈ, ਬੇਸਿਕ ਵੀ ਹੈ, ਪਰਮਾਨੈਂਟ ਆਈਲੈਸ਼ਿਸ ਐਕਸਟੈਂਸ਼ਨ ਵੀ ਹੈ, ਸਾਰਾ ਪਰਮਾਨੈਂਟ ਮੇਕਅਪ, ਨੇਲ ਪੇਂਟ ਸਾਰੇ ਤੁਸੀਂ ਦਿੰਦੇ ਹੋ? ਸਭ ਕੁਝ, ਸਾਰਾ ਮਟੀਰੀਅਲ ਆਲ, ਬਸ ਬੱਚਿਆਂ ਨੇ ਆਪਣੇ ਕਾਪੀ ਪੈਨ ਲੈ ਕੇ ਆਉਣਾ ਹੁੰਦਾ ਘਰੋਂ। ਹਾਂਜੀ। ਤੇ ਟਿਪਸ ਵੀ ਸਾਰੀਆਂ ਤੁਹਾਡੇ ਕੋਲ ਹੀ ਇੱਥੇ ਅਵੇਲੇਬਲ ਹੈਗੇ? ਹਾਂਜੀ ਸਰ। ਇਹ 0 to 5 ਕੀ ਲਿਖਿਆ ਜੀ, ਕੋਡ ਹੁੰਦੇ ਕੋਈ? ਹਾਂਜੀ, ਇਹ ਸਾਈਜ਼ ਹੁੰਦੇ ਆ ਨੇਲਸ ਦੇ। ਅੱਛਾ ਜੀ। ਤਾਂ ਮਤਲਬ ਜਿੱਦਾਂ ਦੇ ਉਹ ਅਸ਼ਵਰਿਆ ਰਾਏ ਦੇ ਨੇਲਸ ਹੁੰਦੇ ਉਦੋਂ ਤੇ ਬਣਾ ਦਿੰਦੇ ਆ ਜੇ ਕਿਸੇ ਭੈਣ ਦੀ ਡਿਮਾਂਡ ਹੋਵੇ? ਹਾਂਜੀ ਹਾਂਜੀ। ਕਿ ਮੈਨੂੰ ਅਸ਼ਵਰਿਆ ਰਾਏ ਵਰਗੇ ਨੇਲਸ ਚਾਹੀਦੇ ਆ? ਹਾਂਜੀ ਹਾਂਜੀ। ਠੀਕ ਹੈ, ਤੁਸੀਂ ਆਪਣੇ ਦਿਖਾਓਗੇ? ਹਾਂਜੀ ਸਰ। ਇਹ ਕਿਹੜਾ ਡਿਜ਼ਾਈਨ ਹੈ ਜੀ? ਦਿਲ ਬਣਿਆ ਵਿੱਚ ਤਾਰੇ ਜੇ ਬਣੇ? ਮਿਕਸ ਡਿਜ਼ਾਈਨ। ਮਿਕਸ ਡਿਜ਼ਾਈਨ ਹੈ, ਮਲਟੀ ਕਲਰ ਡਿਜ਼ਾਈਨ? ਹਾਂਜੀ ਮਲਟੀ। ਠੀਕ ਹੈ ਜੀ। ਤੇ ਇੱਕ ਜਿਹੜਾ ਯੰਤਰ ਹੋਰ ਹੁੰਦਾ ਜਿਹਨੇ ਦੇ ਉੱਤੇ ਡਿਜ਼ਾਈਨ ਕਰਦੇ, ਉਹ ਵੀ ਇੱਥੇ ਤੁਹਾਡੇ ਕੋਲ ਹੁੰਦਾ? ਹਾਂਜੀ ਹਾਂਜੀ, ਬ੍ਰਸ਼ ਵਗੈਰਾ? ਹਾਂਜੀ ਹਾਂਜੀ, ਸਾਰਾ ਕੁਝ ਅਵੇਲੇਬਲ ਹੈ। ਬ੍ਰਸ਼ਿਸ ਹੈ, ਇਹ ਡ੍ਰਿਲ ਹੈ ਰਿਮੂਵ ਕਰਨ ਲਈ, ਬਾਕੀ ਸਾਰਾ ਮਟੀਰੀਅਲ ਨਾਲ ਹੀ। ਅੱਛਾ, ਆਹ ਡ੍ਰਿਲ ਹੁੰਦੀ ਹੈ ਜਿੰਨਾ ਨੇਲਸ ਰਿਮੂਵ ਕਰਦੇ, ਨੇਲ ਐਕਸਟੈਂਸ਼ਨ ਜਿਹੜੀ ਪਹਿਲਾਂ ਹੁੰਦੀ ਹੈ? ਹਾਂਜੀ, ਰਿਮੂਵ ਕਰਦੇ, ਰਿਮੂਵ ਕਰਕੇ ਨਵੀਂ ਨੇਲ ਦੀ ਐਕਸਟੈਂਸ਼ਨ ਲਾਈ ਜਾਂਦੀ ਆ। ਹਾਂਜੀ। ਇਹਨੂੰ ਕੋਈ ਟਿਪਸ ਤੁਸੀਂ ਦੇਖ ਲਓ, 10 ਪ੍ਰਕਾਰ ਦੇ ਟਿਪਸ ਆ, ਜਿਹੜਾ ਤੁਹਾਨੂੰ ਪਸੰਦ ਆਵੇਗਾ ਉਸ ਤਰ੍ਹਾਂ ਦਾ ਬਣਾ ਦੇਣਗੇ ਇਹ, ਚਾਹੇ ਕਰੀਨਾ ਕਪੂਰ, ਚਾਹੇ ਕ੍ਰਿਸ਼ਮਾ ਕਪੂਰ, ਚਾਹੇ ਐਸ਼ਵਰਿਆ ਰਾਏ, ਚਾਹੇ ਪ੍ਰੀਤੀ ਜ਼ਿੰਟਾ, ਜਿੱਦਾਂ ਦਾ ਦਿਲ ਕਰੂਗਾ ਉਦਾਂ ਤੁਹਾਡੇ ਇਹ ਨੇਲਸ ਦੀ ਐਕਸਟੈਂਸ਼ਨ ਲਾ ਦੇਣਗੇ। ਜੀ ਮੈਮ, ਸਟੂਡੈਂਟਸ ਨਾਲ ਗੱਲਬਾਤ ਕਰ ਲਈ? ਹਾਂਜੀ ਸਰ, ਹਾਂਜੀ। ਤਾਂ ਹੇਜ਼ਲ ਸਾਡੇ ਨਾਲ ਨੇ, ਹੇਜ਼ਲ ਤੁਹਾਨੂੰ ਕਿੰਨੀ ਦੇਰ ਹੋ ਗਈ ਇੱਥੇ ਟ੍ਰੇਨਿੰਗ ਲੈਂਦੇ ਹੋਏ? ਮੈਨੂੰ ਕਾਫੀ ਟਾਈਮ ਹੋ ਗਿਆ ਤੇ ਮੈਂ ਕਾਫੀ ਨੌਲੇਜ ਲੈ ਲਈ ਇੱਥੋਂ, ਤੇ ਮੈਂ ਹੁਣ ਬਹੁਤ ਕੌਨਫੀਡੈਂਟ ਆ ਕਿ ਇੱਥੇ ਮੈਂ ਅਗਰ ਕਿਸੇ ਕਲਾਇੰਟਸ ਤੇ ਵੀ ਕੰਮ ਕਰਨਾ ਹੋਵੇ ਤੇ ਮੈਂ ਕਰ ਸਕਦੀ ਆ, ਮੈਨੂੰ ਇੰਨੀ ਨੌਲੇਜ ਹੈ। ਤੁਹਾਨੂੰ ਲੱਗਦਾ ਤੁਹਾਡੇ ਹੱਥ ਵਿੱਚ ਗੁਣ ਆ ਗਿਆ ਜੀ? ਹਾਂਜੀ। ਤੁਹਾਨੂੰ ਪ੍ਰੋਪਰ ਸ਼ਾਈਨ ਕੀਤਾ ਮੈਮ ਨੇ? ਹਾਂਜੀ। ਕੋਈ ਕੁਐਰੀ ਹੁੰਦੀ ਸੀ ਤਾਂ ਕਲੀਅਰ ਕਰਦੇ ਸੀ? ਹਾਂਜੀ। ਮਤਲਬ ਮੈਂ ਜਿੰਨਾ ਕੁ ਸਮਝ ਪਾ ਰਿਹਾ, ਤੁਸੀਂ ਕਹਿ ਰਹੇ ਹੋ ਕਿ ਕਾਫੀ ਟਾਈਮ ਹੋ ਗਿਆ, ਫੁੱਲ ਕੋਰਸਸ ਲੈ ਰਹੇ ਸੀ, ਹੇਅਰ ਦਾ, ਮੇਕਅਪ ਦਾ, ਨੇਲਸ ਦਾ? ਹਾਂਜੀ, ਮੈਂ ਲਿਖਤੇ ਸਾਰੇ ਕੋਰਸਸ ਲਿਖਤੇ ਆ।
ਤੇ ਮੈਨੂੰ ਮੈਮ ਨੇ ਬਹੁਤ ਅੱਛੀ ਤਰ੍ਹਾਂ ਗਾਈਡ ਕੀਤਾ, ਮੈਂ ਮੈਮ ਤੋਂ ਪੂਰੀ ਤਰ੍ਹਾਂ ਨੌਲੇਜ ਲੈ ਲਈ ਆ। ਤੁਸੀਂ ਸੈਟੀਸਫਾਈਡ ਹੋ? ਮਤਲਬ ਇੱਥੇ ਰਸ਼ ਪੈ ਗਿਆ ਜੀ, ਬ੍ਰਾਈਡਲ ਦੋ ਤਿੰਨ ਆ ਗਈਆਂ, ਕੋਈ ਬ੍ਰਾਈਡ ਹੈ ਉਹ ਕਹਿੰਦੀ ਕਿ ਮੇਰਾ ਘਰ ਵਿੱਚ ਬ੍ਰਾਈਡਲ ਕਰ ਦਿੱਤਾ ਕਰ ਸਕਦੇ ਆ? ਹਾਂਜੀ, ਇੰਨੀ ਨੌਲੇਜ ਹੈਗੀ ਆ। ਹਾਂਜੀ, ਮਤਲਬ ਤੁਸੀਂ, ਮੈਂ ਤੁਹਾਡੇ ਤੱਕ ਇਹ ਗੱਲ ਪਹੁੰਚਾਉਣਾ ਚਾਹੁੰਦਾ ਸੀਗਾ ਕਿ ਜੇਕਰ ਸਾਡੀਆਂ ਨਿੱਕੀਆਂ ਭੈਣਾਂ ਨੂੰ ਕਿਤੇ ਪਲੇਸਮੈਂਟ ਨਹੀਂ ਵੀ ਹੁੰਦੀ ਜਾਂ ਘਰ ਦੇ ਨਹੀਂ ਵੀ ਮੰਨਦੇ ਕਿ ਆਪਾਂ ਪਲੇਸਮੈਂਟ ਨਹੀਂ ਵੀ ਕਰਾਉਣੀ, ਤੁਸੀਂ ਘਰ 'ਚ ਹੀ ਕੰਮ ਕਰੋ, ਤਾਂ ਇਹ ਕਹਿੰਦੇ ਕਿ ਮੇਰੇ ਵਿੱਚ ਇੰਨਾ ਗੁਣ ਹੈਗਾ ਤਾਂ ਇਹ ਘਰ ਵਿੱਚ ਬਹਿ ਕੇ ਵੀ ਬ੍ਰਾਈਡਲ ਕਰ ਸਕਦੇ ਆ, ਪੈਸੇ ਕਮਾ ਸਕਦੇ, ਮਤਲਬ ਇਹਨਾਂ ਦੇ ਹੱਥ ਵਿੱਚ ਉਹ ਗੁਣ ਆ ਗਿਆ, ਸਕਿੱਲ ਆ ਗਈ ਆ, ਜੇਕਰ ਰੱਬ ਇਹਨਾਂ ਨੂੰ ਬਖਸ਼ਦਾ। ਵੈਸੇ ਮੈਂ ਚਾਹੁੰਦਾ ਨਹੀਂ ਪੰਜਾਬ ਦਾ ਯੂਥ ਬਾਹਰ ਜਾਵੇ, ਜੇ ਬਾਹਰ ਜਾਂਦੇ ਵੀ ਆ ਤਾਂ ਉੱਥੇ ਜਾ ਕੇ ਵੀ ਨੌਕਰੀ ਕਰ ਸਕਦੇ ਆ, ਇਮਾਨਦਾਰੀ ਨਾਲ ਮਿਹਨਤ ਨਾਲ ਪੈਸਾ ਕਮਾ ਸਕਦੇ ਆ, ਹੱਥ ਵਿੱਚ ਸਕਿੱਲ ਹੈ। ਤਾਂ ਹੇਜ਼ਲ ਤੋਂ ਬਾਅਦ ਸਾਡੇ ਨਾਲ ਟ੍ਰੇਨਰ ਯੁਵਰਾਜ ਜੀ ਇੱਥੇ ਮੌਜੂਦ ਆ। ਯੁਵਰਾਜ ਜੀ, ਬੱਚੇ ਕਿਸ ਤਰੀਕੇ ਦੀ ਕੁਐਰੀਜ਼ ਲੈ ਕੇ ਤੁਹਾਡੇ ਕੋਲ ਆਉਂਦੇ ਆ? ਬੱਚੇ ਕਈ ਵਾਰੀ ਸਰ ਕਹਿੰਦੇ ਆ ਕਿ ਮੈਨੂੰ ਕਟਿੰਗ ਨਹੀਂ ਸਮਝ ਆਉਂਦੀ, ਅਤੇ ਆਪਾਂ ਉਹਨਾਂ ਨੂੰ ਬਹੁਤ ਬਰੀਕੀ ਨਾਲ ਸਮਝਾਈਦਾ ਆ, ਬੇਸਿਕ ਲੈਵਲ ਤੋਂ ਸਮਝਾ ਦਿੰਦੇ ਹੋ? ਹਾਂਜੀ, ਜਿਵੇਂ ਹੁਣ ਅਸੀਂ ਹੇਜ਼ਲ ਨੂੰ ਦੇਖ ਪਾ ਰਹੇ ਹੋ, ਕਹਿੰਦੇ ਕਿ ਮੈਂ ਐਕਸਪਰਟ ਹੋ ਗਈ ਹਾਂ। ਹਾਂਜੀ, ਲੇਕਿਨ ਜੇਕਰ ਕੋਈ ਬੱਚਾ ਅਨਟ੍ਰੇਨਡ ਹੈ, ਹਲੇ ਡਰਦਾ ਕੈਂਚੀ ਫੜਨ ਲੱਗੇ ਵੀ ਡਰਦਾ, ਤਾਂ ਪ੍ਰੈਕਟਿਸ ਕਰਾਉਂਦੇ ਪੂਰੀ? ਨਹੀਂ, ਆਪਾਂ ਵੈਸੇ ਤਾਂ ਕੋਰਸ ਦੇ ਵਿੱਚ ਪਹਿਲੇ ਕੰਪਲੀਟ ਕਰਾ ਦਈਦਾ ਆ। ਮੈਂ ਬਿਗਨਿੰਗ ਦੀ ਗੱਲ ਕਰਦਾ, ਸਟਾਰਟਿੰਗ 'ਚ ਜੇ ਮੰਨ ਲਓ ਕੋਈ ਬੱਚਾ ਪਹਿਲੇ ਦਿਨ ਆਇਆ, ਉਹ ਡਰ ਰਿਹਾ ਆ, ਤਾਂ ਉਹਦਾ ਡਰ ਕੱਢ ਦਿੰਦੇ ਹੋ? ਹਾਂਜੀ, ਟ੍ਰੇਨਿੰਗ ਪ੍ਰੋਪਰ ਦਿੰਦੇ? ਪਹਿਲਾਂ ਆਪਾਂ ਉਹਨਾਂ ਨੂੰ ਸੀਜ਼ਰ ਵਗੈਰਾ ਚਲਾਉਣੀ ਸਿਖਾਈਦੀ ਆ, ਡੰਮੀ ਸੇ ਪ੍ਰੈਕਟਿਸ ਕਰਾਉਂਦੇ? ਹਾਂਜੀ, ਓਕੇ। ਡੰਮੀ ਤੋਂ ਬਾਅਦ ਜੇ ਉਹ ਕਰਨ ਲੱਗ ਜਾਂਦੇ ਆ, ਤਾਂ ਫਿਰ ਉਹਨਾਂ ਨੂੰ ਕਲਾਈਡ ਦੇ ਉੱਪਰ ਕਰਨ ਦਾ ਮੌਕਾ ਦਿੱਤਾ ਜਾਂਦਾ, ਤਾਂ ਜੋ ਬੱਚਾ ਜਦੋਂ ਇੱਥੋਂ ਜਾਵੇ ਇੱਕ ਐਕਸਲੈਂਟ ਲੈਵਲ ਤੱਕ ਆ ਜਾਵੇ। ਹਾਂਜੀ ਜੀ, ਸਾਥੀਓ ਸਾਰੀ ਵੀਡੀਓ ਕਰ ਲਈ, ਲੇਕਿਨ ਪ੍ਰਾਈਜ਼ ਬਹੁਤ ਘੱਟ ਮੈਂਸ਼ਨ ਹੋਇਆ, ਤਾਂ ਕਈ ਵੇਲੇ ਭੈਣਾਂ ਭਰਾਵਾਂ ਦੇ ਕਮੈਂਟ ਆ ਜਾਂਦੇ ਕਿ ਯਾਰ ਪ੍ਰਾਈਜ਼ ਤਾਂ ਦੱਸ ਦਿਓ। ਤਾਂ ਆਪਾਂ ਸੀਰਤ ਮੈਡਮ ਨੂੰ ਫਲੈਕਸ ਦੇ ਕੋਲ ਲੈ ਕੇ ਆਏ ਆ, ਜਿੰਨੇ ਵੀ ਇੱਥੇ ਫੈਸਿਲਿਟੀ ਦੇ ਰਹੇ ਆ ਉਹਦੇ ਬਾਰੇ ਜਾਣਕਾਰੀ ਲੈਣੀ, ਤਾਂ ਰੈਪਿਡ ਫਾਇਰ ਰਾਊਂਡ 'ਚ ਹੀ ਪੁੱਛ ਲੈਣਾ ਕਿ ਪ੍ਰਾਈਜ਼ ਕੀ ਆ। ਜੀ ਮੈਮ, ਪ੍ਰਾਈਜ਼ ਦੱਸ ਦਈਏ ਪਰਮਾਨੈਂਟ ਹੇਅਰ ਰਿਮੂਵਲ ਦੇ। ਹਾਂਜੀ ਸਰ, ਪਰਮਾਨੈਂਟ ਹੇਅਰ ਰਿਮੂਵਲ ਹੈ ਜਿਹੜੇ ਮਾਰਕੀਟ ਦੇ ਵਿੱਚ ਇਹਦਾ 5000 ਇੱਕ ਸਿਟਿੰਗ ਦਾ ਲੈਂਦੇ, ਅਸੀਂ 2500 ਇੱਕ ਸਿਟਿੰਗ ਦਾ ਲੈਂਦੇ, 50% ਸਿੱਧਾ ਡਿਸਕਾਊਂਟ, 50% ਡਿਸਕਾਊਂਟ। ਹਾਂਜੀ, ਸੇਮ ਸੇਮ ਪ੍ਰੋਸੈਸ ਹੀ ਆ ਸਾਰਿਆਂ ਦੀ, ਸੇਮ ਪ੍ਰਾਈਜ਼ਿਸ ਆ। ਫੋਟੋ ਫੇਸ਼ੀਅਲ? ਹਾਂਜੀ ਸੇਮ ਹੀ ਆ ਜੀ, ਫੋਟੋ ਫੇਸ਼ੀਅਲ 2000 ਦਾ ਆ, ਘਟ ਜਾਣਗੇ ਮਤਲਬ। ਹਾਂਜੀ ਹਾਂਜੀ ਹਾਂਜੀ, ਪਿਗਮੈਂਟੇਸ਼ਨ ਟ੍ਰੀਟਮੈਂਟ? ਪਿਗਮੈਂਟੇਸ਼ਨ ਟ੍ਰੀਟਮੈਂਟ ਵੀ 2500 ਚ ਹੀ ਆਏਗਾ। ਮਤਲਬ ਤੁਸੀਂ ਦੇਖ ਲਓ ਚਿਹਰਾ ਜੇ ਇੱਦਾਂ ਦਾ ਤਾਂ ਨਿਖਾਰ ਕੇ ਇੱਦਾਂ ਦਾ ਕਰ ਦੇਣਗੇ। ਹਾਂਜੀ, ਕਿੰਨੇ ਦਾ ਦੱਸਿਆ ਤੁਸੀਂ? 2500 ਚ। ਸਕਿਨ ਟਾਈਟਨਿੰਗ? ਹਾਂਜੀ, ਇਹ ਮਤਲਬ ਢਿਲਕਦੀ ਆ, ਟਾਈਟ ਹੋ ਜਾਂਦੀ ਆ, ਤਾਂ ਲੂਜ਼ ਹੁੰਦੀ ਨਾ, ਸਕਿਨ ਟਾਈਟ ਹੋ ਜਾਂਦੀ ਆ ਜੀ। ਐਂਟੀ ਏਜਿੰਗ? 50 ਸਾਲ ਦੇ ਬੰਦੇ ਨੂੰ 40 ਸਾਲ ਦਾ ਦਿਖਣ ਲੱਗ ਪਿਆ। ਹਾਂਜੀ ਹਾਂਜੀ, ਕੀ ਇਹਦਾ ਪ੍ਰਾਈਸ? ਹਾਂਜੀ ਸੇਮ ਹੀ ਹੈ ਸਰ, ਬਸ ਇੱਕ ਫੋਟੋ ਫੇਸ਼ੀਅਲ ਤੇ ਬਲੈਕ ਡੋਲ ਫੇਸ਼ੀਅਲ, ਕਾਰਬਨ ਫੇਸ਼ੀਅਲ, ਇਹ ਸਿਰਫ 2000 ਦੇ ਵਿੱਚ ਦਿੱਤਾ ਜਾਏ। ਬਾਜ਼ਾਰ 'ਚ ਕਿੰਨੀ ਕੀਮਤ ਹੈ ਜੀ? ਬਾਜ਼ਾਰ 'ਚ 4000, ਵੈਸੇ ਹੈ ਨਹੀਂ ਨਵਾਂ ਸ਼ਹਿਰ 'ਚ ਕਿਸੇ ਕੋਲ, ਜੇ ਕਿਸੇ ਕੋਲ ਹੈ ਵੀ, ਅਸੀਂ ਲੁਧਿਆਣਾ ਵਗੈਰਾ ਕਰਵਾਇਆ, ਅਸੀਂ 4000-4500 ਦੇ ਵਿੱਚ ਕਰਵਾਇਆ ਹੋਇਆ ਆ। ਤਾਂ ਮਤਲਬ ਬਾਕੀ ਜਿੰਨੇ ਵੀ ਤੁਸੀਂ ਫੈਸਿਲਿਟੀਜ਼ ਦੇ ਰਹੇ ਹੋ 2500 'ਚ ਹੀ ਆ? ਹਾਂਜੀ, ਇੱਕ ਸਿਟਿੰਗ? ਹਾਂਜੀ ਸਰ। ਠੀਕ ਹੈ, ਤਾਂ ਆਹ ਪਾਸਾ ਨਾ ਆ ਜਾਓ ਮੈਡਮ, ਕਿਉਂਕਿ ਇਹ ਮੈਨੂੰ ਲੱਗਦਾ ਜਿਹੜੀਆਂ ਫੈਸਿਲਿਟੀਜ਼ ਤੁਸੀਂ ਦੇ ਰਹੇ ਆ ਸ਼ਹਿਰ 'ਚ ਬਹੁਤ ਘੱਟ ਮਿਲ ਰਹੀ ਹੈ। ਨਹੀਂ ਸਰ, ਹੈ ਬਹੁਤ ਰੇਅਰ ਹੀ ਆ। ਹਾਂਜੀ ਹਾਂਜੀ, ਬਹੁਤ ਰੇਅਰ। ਤੁਸੀਂ ਹਾਈਡਰਾ ਫੇਸ਼ੀਅਲ ਐਡਵਾਂਸ? ਹਾਂਜੀ, ਇਹ ਐਡਵਾਂਸ ਹਾਈਡਰਾ ਫੇਸ਼ੀਅਲ ਹੈ, ਬੀਬੀ ਗਲੋ ਫੇਸ਼ੀਅਲ, ਦੈਨ ਮਾਈਕਰੋ ਬਲੈਂਡਿੰਗ ਜਿਹੜੀ ਪਰਮਾਨੈਂਟ ਹੁੰਦੀ ਹੈ, ਅਸੀਂ 5 ਈਅਰਸ ਲਈ ਕਰਦੀ ਹੈ, ਜੇ 3 ਜਾਂ 4 ਸਿਟਿੰਗਸ ਜਾਂਦੀਆਂ ਆ। ਆਈਬ੍ਰੋਸ? ਹਾਂਜੀ ਆਈਬ੍ਰੋਸ, ਹਾਂਜੀ 5 ਈਅਰਸ ਲਈ, 5 ਸਾਲਾਂ ਲਈ ਟੈਨਸ਼ਨ ਫ੍ਰੀ। ਹਾਂਜੀ, ਫਿਰ ਪਰਮਾਨੈਂਟ ਬਲੱਸ਼ ਕਰੀਦਾ ਆ, ਪਰਮਾਨੈਂਟ ਲਿਪ ਬਲੱਸ਼ ਕਰੀਦਾ। ਇਹ ਅੱਛਾ, ਪਰਮਾਨੈਂਟ ਇਹ ਤਾਂ ਚਿਹਰੇ ਤੇ ਬਲੱਸ਼ ਰਹਿ ਜਾਂਦਾ? ਹਾਂਜੀ ਹਾਂਜੀ, ਤੁਹਾਨੂੰ ਫਿਲਟਰ ਲਾਉਣ ਦੀ ਲੋੜ ਨਹੀਂ? ਨਹੀਂ ਸਰ, ਚਿਹਰਾ ਹੀ ਫਿਲਟਰ ਬਣ ਜਾਂਦਾ। ਹਾਂਜੀ ਹਾਂਜੀ, ਠੀਕ ਹੈ। ਦੈਨ ਪਰਮਾਨੈਂਟ ਲਿਪ ਬਲੱਸ਼ ਹੋ ਜਾਂਦਾ, ਆਈਬ੍ਰੋ ਫਿਲਰਸ, ਆਈਲੈਸ਼ਸ ਪਰਮਾਨੈਂਟ, ਨੇਲ ਐਕਸਟੈਂਸ਼ਨਸ, ਇਹ ਸਾਰੇ ਪਰਮਾਨੈਂਟ। ਆਈਲੈਸ਼ਸ ਮਾੜਾ ਦੱਸਿਓ? ਪਰਮਾਨੈਂਟ ਆਈਲੈਸ਼ਿਜ਼ ਵੀ ਅਸੀਂ ਕਰਦੇ ਹਾਂ, ਕਰਵਾਉਂਦੇ ਹਾਂ, ਕੋਰਸ ਵੀ ਕਰਵਾਈਦਾ ਆ, ਤੇ ਕਲਾਇੰਟਸ ਨੂੰ ਸਰਵਿਸ ਵੀ ਦਈਦੀ ਹੈ ਅਸੀਂ। ਜਿੰਨੇ ਫੀਚਰਸ ਤੁਸੀਂ ਦੇ ਰਹੇ ਹੋ ਇਹ ਕੋਰਸ ਵਿੱਚ ਵੀ? ਇਹ ਕੋਰਸ ਵਿੱਚ ਵੀ ਅਵੇਲੇਬਲ ਹੈ, ਤੇ ਕਲਾਇੰਟ ਦੀ ਸਿਟਿੰਗਸ ਵਿੱਚ ਵੀ ਹੈ।
ਪੈਸੇ ਮਾਇਆ। ਹਾਂਜੀ ਇਹ ਵਾਲਾ ਜਿਹੜਾ ਕੋਰਸ ਹੈ ਮੇਰੇ ਕੋਲ 10,000 ਤੋਂ ਸਟਾਰਟ ਹੁੰਦਾ ਹੈ। ਇਹ ਵੀ 10,000 ਚ? ਹਾਂਜੀ ਸਟਾਰਟਿੰਗ ਹੈ। ਤੁਹਾਡਾ ਬੇਸਿਕ 20,000 ਤੋਂ ਕਰਦੇ ਆ? ਹਾਂਜੀ ਬਟ ਅਸੀਂ ਇਹ ਵੀ 10,000 ਤੋਂ ਹੀ ਸਟਾਰਟ ਕਰਾਂਗੇ। ਤੁਸੀਂ ਜਿਹੜਾ ਐਡਵਾਂਸ ਵੀ ਜਿਹੜਾ 10,000 ਤੋਂ ਹੀ ਸਟਾਰਟ ਕਰ ਰਹੇ ਹਾਂ। ਡਿਸਕਾਊਂਟ ਬਹੁਤ ਵੱਡਾ, ਮੰਨ ਕੇ ਚੱਲੀਏ 40-50,000 ਵਾਲਾ ਕੋਰਸ 10,000 ਚ। ਹਾਂਜੀ ਹਾਂਜੀ ਸਰਟੀਫਿਕੇਟ ਮਿਲੇਗਾ? ਹਾਂਜੀ ਸਰਟੀਫਿਕੇਟ ਇੰਟਰਨੈਸ਼ਨਲ ਮਿਲੇਗਾ। ਟ੍ਰੀਟਮੈਂਟ ਕਰਾਉਣਾ ਉਹਦੇ ਪੈਸੇ? ਜਿਨ੍ਹਾਂ ਨੇ ਟ੍ਰੀਟਮੈਂਟ ਕਰਾਉਣਾ ਉਹ ਇਹ ਹੈਗੇ ਆ 2,000 to 2,500 ਅਕੋਰਡਿੰਗ ਟੂ ਸਕਿਨ। ਮੈਂ ਇਹ ਕਹਿਣਾ ਚਾਹੂੰਗੀ ਕਿ ਜੋ ਵੀ ਸਟੂਡੈਂਟਸ ਹੈ ਜਾਂ ਕੋਈ ਵੀ ਕਲਾਇੰਟਸ ਆਉਣਗੇ, ਅਸੀਂ ਹੁਣ ਦਿਨ ਤਿਉਹਾਰ ਆ ਰਹੇ, ਅਸੀਂ ਉਹਨਾਂ ਨੂੰ ਪ੍ਰੋਪਰ ਡਿਸਕਾਊਂਟ ਦੇਵਾਂਗੇ। ਜਿਹੜਾ ਸਾਡੀ ਇੰਸਟਾਗ੍ਰਾਮ ਆਈਡੀ ਫੋਲੋ ਕਰਕੇ ਆਏਗਾ ਉਹਨੂੰ ਸੁਪਰ ਡਿਸਕਾਊਂਟ ਦਿੱਤਾ ਜਾਏਗਾ। ਥੈਂਕ ਯੂ। ਹਾਂਜੀ ਭੈਣਾਂ ਨੇ ਬਹੁਤ ਆਣਾ, ਡਿਸਕਾਊਂਟ ਵੀ ਬਹੁਤ ਜ਼ਿਆਦਾ ਚਾਹੀਦਾ। ਹਾਂਜੀ ਹਾਂਜੀ ਡਿਸਕਾਊਂਟ ਪ੍ਰੋਪਰ ਦਿੱਤਾ ਜਾਏਗਾ। ਚਲ ਬਹੁਤ ਸ਼ੁਕਰੀਆ। ਹਾਂਜੀ ਥੈਂਕ ਯੂ ਸਾਥੀ। ਤੁਸੀਂ ਸੁਣ ਲਿਆ ਸੀਰਤ ਢੀਂਗਰਾ ਹੋਣਾ ਕੋਲ ਕਿੰਨੀਆਂ ਸਾਰੀਆਂ ਫੈਸਿਲਿਟੀਜ਼ ਦੇ ਰਿਹਾ ਸਕਿਨ ਟ੍ਰੀਟਮੈਂਟ ਨੂੰ ਲੈ ਕੇ, ਹੇਅਰ ਦੀ ਜੇਕਰ ਤੁਸੀਂ ਕੋਈ ਆਪਣੇ ਲਈ ਫੈਸਿਲਿਟੀ ਲੈਣਾ ਚਾਹੁੰਦੇ ਹੋ। ਔਰ ਨਾਲ ਦੀ ਨਾਲ ਇਹਨੇ ਦੱਸਿਆ ਕਿ ਡਿਸਕਾਊਂਟ ਕਿੰਨਾ ਸਾਰਾ ਦੇ ਰਿਹਾ, ਪਰ ਉਸ ਤੋਂ ਉੱਪਰਲੀ ਗੱਲ, ਤਿਉਹਾਰਾਂ ਦਾ ਸੀਜ਼ਨ ਆਉਣ ਵਾਲਾ, ਇਹ ਕਹਿੰਦੇ ਕਿ ਜਿਹੜਾ ਸਾਡੀ ਆਈਡੀ ਸ਼ੇਅਰ ਕਰਕੇ ਆਊਗਾ, ਜਿਹੜਾ PV32 ਦੀ ਵੀਡੀਓ ਸ਼ੇਅਰ ਕਰਕੇ ਆਊਗਾ, ਉਹਨਾਂ ਨੂੰ ਹੋਰ ਵੀ ਕਹਿੰਦੇ ਮਨ ਲੁਭਾਵਾਂ ਡਿਸਕਾਊਂਟ ਦੇਵਾਂਗੇ। ਤਾਂ ਤੁਸੀਂ ਨਵਾਂਸ਼ਹਿਰ ਰੇਲਵੇ ਰੋਡ ਤੋਂ ਜਦੋਂ ਪੰਡੋਰੇ ਮੱਲੇ ਆਉਂਦੇ ਆ, ਨਜ਼ਦੀਕ ਹੈ ਨਾਲ ਮੁੜਦੇ ਹੀ ਸੀਰਤ ਢੀਂਗਰਾ ਸੈਲੋਨ, ਯੂਨੀਸੈਕਸ ਸੈਲੋਨ ਅਤੇ ਅਕੈਡਮੀ। ਔਰ ਪ੍ਰਾਈਜ਼ ਇਹਨਾਂ ਜਿਵੇਂ ਦੱਸਿਆ ਕਿ ਤੁਸੀਂ 5,000 ਰੁਪਏ ਦੇ ਐਡਮਿਸ਼ਨ ਕਰਾ ਸਕਦੇ ਹੋ, ਔਰ ਕੋਰਸ 10,000 'ਚ ਕਰਾ ਦਿੰਦੇ ਆ, ਅਤੇ ਬਾਕੀ ਫੈਸਿਲਿਟੀ ਬਹੁਤ ਨੋਮੀਨਲ ਪ੍ਰਾਈਜ਼ 'ਤੇ ਆ। ਤੁਹਾਡੇ ਮੁਨਾਫੇ ਮੁਨਾਫੇ, ਮੈਂ ਵੀ ਆਊਂਗਾ ਇੱਕ ਵਾਰੀ ਹਾਈਡਰਾ ਫੇਸ਼ੀਅਲ ਕਰਾ ਕੇ ਜਾਊਂਗਾ, ਦੇਖੂੰਗਾ ਕਿੰਨਾ ਕੁ ਚਿਹਰਾ ਨਿਖਰਨਾ। ਠੀਕ ਹੈ ਜੀ, ਬਣੇ ਰਹਿਣਾ ਵਿਭਤੀ ਨਵਾਂਸ਼ਹਿਰ ਨੰਬਰ 6 ਦੇ 3 ਸੂਰੀ ਕੈਮਰਾ ਪਸੰਦ ਜੀ ਗੁੰਜਾਸ ਤੋਂ ਬਹੁਤ ਜਲਦੀ ਫਿਰ ਤੋਂ ਹਾਜ਼ਰ ਹੋਵਾਂਗੇ। ਸਤਿ ਸ਼੍ਰੀ ਅਕਾਲ, ਰੱਬ ਰੱਖਾ।